ਲੋਹਾ ਮੰਡੀ ਗੋਬਿੰਦਗੜ੍ਹ ਦੇ ਵਿੱਚ ਇੱਕ ਵੱਡਾ ਹਾਦਸਾ ਹੋਇਆ। ਮਿੱਲ ਦੀ ਭੱਠੀ ਦੇ ਵਿੱਚ ਬਲਾਸਟ ਹੋਇਆ ਔਰ ਲੋਹੇ ਨੂੰ ਪਿਘਲਾਉਣ ਦਾ ਕੰਮ ਚੱਲ ਰਿਹਾ ਸੀ। ਅਚਾਨਕ ਭੱਠੀ ਦੇ ਵਿੱਚ ਬਲਾਸਟ ਹੋਇਆ, ਆਲੇ ਦੁਆਲੇ ਕੰਮ ਕਰਦੇ 6 ਕਾਮਿਆਂ ਤੇ ਪਿਘਲਦਾ ਹੋਇਆ ਲੋਹਾ ਡਿੱਗ ਪਿਆ, ਜਿਸ ਦੇ ਨਾਲ 6 ਕਾਮੇ ਬੁਰੀ ਤਰ੍ਹਾਂ ਝੁਲਸੇ ਨੇ, ਜਿਨ੍ਹਾਂ ਨੂੰ ਖੰਨਾ ਦੇ ਸਰਕਾਰੀ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਦੱਸਦੀਏ ਕਿ ਲੋਹੇ ਨੂੰ ਪਿਘਲਾਉਣ ਦਾ ਕੰਮ ਚੱਲਦਾ ਸੀ ਤਾਂ ਅਚਾਨਕ ਭੱਠੀ ਦੇ ਵਿੱਚ ਬਲਾਸਟ ਹੋਇਆ, ਜਿਸ ਦੇ ਨਾਲ ਆਲੇ ਦੁਆਲੇ ਕੰਮ ਕਰਦੇ 6 ਮਜ਼ਦੂਰਾਂ ਤੇ ਪਿਘਲਦਾ ਹੋਇਆ ਲੋਹਾ ਡਿੱਗਿਆ, ਜਿਸ ਦੇ ਨਾਲ ਉਹ ਬੁਰੀ ਤਰ੍ਹਾਂ ਝੁਲਸ ਗਏ, ਜਿਨ੍ਹਾਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਧਮਾਕਾ ਸੁਣ ਕੇ ਆਲੇ ਦੁਆਲੇ ਦੇ ਲੋਕ ਇਕੱਠੇ ਹੋਏ, ਜਿਨ੍ਹਾਂ ਨੇ ਮਿੱਲ ਦੇ ਮਾਲਕਾਂ ਤੇ ਗੰਭੀਰ ਇਲਜ਼ਾਮ ਲਾਏ ਨੇ। ਉਹਨਾਂ ਨੇ ਦੱਸਿਆ ਕਿ ਲਗਾਤਾਰ 3 ਧਮਾਕੇ ਹੋਏ ਨੇ, ਜਿਸ ਦੇ ਨਾਲ ਪੂਰਾ ਇਲਾਕਾ ਦਹਿਲ ਗਿਆ ਔਰ ਲੋਕਾਂ ਦੇ ਮਕਾਨਾਂ ਦੀਆਂ ਕੰਧਾਂ ਕੰਬ ਉੱਠੀਆਂ। ਮੰਡੀ ਗੋਬਿੰਦਗੜ੍ਹ ਦੀ ਇੱਕ ਫਰਨਸ ਇਕਾਈ ਦੇ ਵਿੱਚ ਇਹ ਹਾਦਸਾ ਹੋਇਆ। ਹਾਦਸਾ ਉਸ ਵੇਲੇ ਹੋਇਆ ਜਦੋਂ ਫਰਨਸ ਭੱਠੀ ਦੇ ਵਿੱਚ ਲੋਹੇ ਨੂੰ ਪਿਘਲਾਉਣ ਦਾ ਕੰਮ ਚੱਲ ਰਿਹਾ ਸੀ ਤਾਂ ਅਚਾਨਕ ਭੱਠੀ ਦੇ ਵਿੱਚ ਧਮਾਕਾ ਹੋਇਆ, ਜਿਸ ਤੋਂ ਬਾਅਦ ਪਿਘਲਿਆ ਹੋਇਆ ਲੋਹਾ ਉੱਛਲ ਕੇ ਭੱਠੀ ਤੇ ਕੰਮ ਕਰਨ ਵਾਲੇ ਮਜ਼ਦੂਰਾਂ ਦੇ ਉੱਪਰ ਡਿੱਗਿਆ, ਜਿਸ ਦੇ ਨਾਲ ਉਹਨਾਂ ਦੇ ਸਰੀਰ ਝੁਲਸ ਗਏ ਨੇ। ਖੰਨਾ ਦੇ ਹਸਪੀਟਲ ਦੇ ਵਿੱਚ ਰੈਫਰ ਕੀਤੇ ਨੇ, ਜ਼ੇਰੇ ਇਲਾਜ ਨੇ। ਸੋ ਦੱਸਦਿਆਂ ਕਿ ਮੰਡੀ ਗੋਬਿੰਦਗੜ੍ਹ ਦੇ ਵਿੱਚ ਇੱਕ ਫਰਨਸ ਇਕਾਈ ਹੈ ਜਿੱਥੇ ਭੱਠੀ ਦੇ ਵਿੱਚ ਬਲਾਸਟ ਹੋਇਆ, ਜਿਸ ਤੋਂ ਬਾਅਦ ਆਲੇ ਦੁਆਲੇ ਕੰਮ ਕਰਦੇ ਮਜ਼ਦੂਰਾਂ ਤੇ ਗਰਮ ਪਿਘਲਦਾ ਹੋਇਆ ਲੋਹਾ ਉੱਛਲ ਕੇ ਡਿੱਗ ਪਿਆ ਔਰ ਉਹਨਾਂ ਦੇ ਸਰੀਰ ਬੁਰੇ ਤਰੀਕੇ ਦੇ ਨਾਲ ਝੁਲਸ ਚੁੱਕੇ ਨੇ। ਵੀਰ ਜੀ, ਅੱਜ ਭੱਠੀ ਫਟੀ ਆ। ਅੱਛਾ ਜੀ। ਹਾਂਜੀ, ਤੇ ਪਤਾ ਨਹੀਂ ਕਿੰਨੇ ਕੁ ਬੰਦੇ ਅੰਦਰ ਜਲੇ ਨੇ, ਸਾਡੇ ਸਾਰਿਆਂ ਦੇ ਮਕਾਨ ਹਿੱਲ ਗਏ ਜੀ। ਅੱਗੇ ਵੀ ਇਹਨਾਂ ਦੇ ਸਿਲੰਡਰ ਫਟ ਫਟ ਕੇ ਸਾਡੇ ਘਰਾਂ 'ਚ ਜਾਂਦੇ ਨੇ, ਕਹਿੰਦੇ ਆ, ਕਹਿੰਦਾ ਜੀ ਰਾਮਨਗਰ ਮੇਰੇ ਨਾਲ ਤਾਂ ਲੱਗਦਾ ਏ, ਤਾਂ ਕਰਕੇ ਮੈਨੂੰ ਆਪੇ ਸਿਲੰਡਰ ਰੱਖ ਕੇ ਕਹਿ ਦਿੰਦੇ ਨੇ। ਪਹਿਲਾਂ ਇਹਨਾਂ ਦੇ ਰਾਜੂ MC ਇਹਨਾਂ ਦੇ ਨਾਲ ਸਾਡੇ ਸੈਨ ਹੋਏ ਨੇ ਸਾਰਿਆਂ ਦੇ, ਵੀ ਅੱਜ ਤੋਂ ਬਾਅਦ ਮੈਂ ਉਰੇ ਸਿਲੰਡਰ ਨਹੀਂ ਰੱਖਦਾ, ਮੈਂ ਪ੍ਰਦੂਸ਼ਣ ਨਹੀਂ ਛੱਡਦਾ। ਸਾਡੇ ਕੋਲ ਮੂਵੀਆਂ ਪਈਆਂ ਨੇ ਪ੍ਰਦੂਸ਼ਣ ਦੀਆਂ, ਇਹਦੇ ਸਾਡੇ ਸਾਹ ਬੰਦ ਕਰੇ ਨੇ ਅਤੇ ਇਹ ਨਹੀਂ ਬਾਹਰ ਜਾਂਦਾ। ਹੁਣੇ ਹੋਇਆ ਜੀ, ਅੱਜ 1.5 ਘੰਟਾ ਹੀ ਹੋਇਆ। ਕਿੰਨਾ ਕੁ ਬੜਾ ਧਮਾਕਾ! ਸਾਡੇ ਮਕਾਨ ਹਿੱਲ ਗਏ ਜੀ, ਸਾਡੇ ਮਕਾਨ ਹਿੱਲ ਗਏ 3 ਵਾਰ ਇਕੱਠਾ ਹੋਇਆ। ਮਜ਼ਦੂਰ ਤਾਂ ਇਹ 4 ਬਾਹਰ ਲੈ ਕੇ ਗਏ ਨੇ, ਬਾਕੀ ਇਹਨਾਂ ਨੇ ਪਤਾ ਨਹੀਂ ਕਿੱਥੇ ਲਾਪਤਾ ਕਰ ਦਈ। ਸਾਡੇ ਮਕਾਨ ਨਾਲ ਨਹੀਂ, ਸਾਡੀਆਂ TV ਸਾਰੇ ਕੁਝ ਗਿਰ ਗਿਆ, ਨਹੀਂ ਜਗੇ ਘਰੇ ਚੱਲੇ ਦਿਖਾ ਦਿੰਦੇ ਜ਼ਿਆਦਾ ਹੀ। ਭੱਠੀ 'ਤੇ ਤੁਹਾਨੂੰ ਪਤਾ ਹੀ ਹੈ, ਘੱਟੋ ਘੱਟ ਜ਼ਿਆਦਾ ਨਹੀਂ 15-20 ਬੰਦੇ ਹੁੰਦੇ ਨੇ, 4 ਲੈ ਕੇ ਗਏ ਨੇ, ਬਾਕੀ ਦਾ ਪਤਾ ਨਹੀਂ ਕਿੱਥੇ ਨੇ। ਹਾਂਜੀ, 3 ਵਾਰ ਬਲਾਸਟ ਹੋਈ, ਆਪਣੇ ਕੋਲ ਵੀਡੀਓ ਪਈ ਆ, ਦਿਖਾ ਦਿੰਦੇ। ਹਾਂਜੀ, ਅਸੀਂ ਤਾਂ ਇਹੀ ਚਾਹੁੰਦੇ ਮਿੱਲ ਬੰਦ ਹੋਵੇ ਜਾਂ ਜਿਹੜੇ ਹਾਦਸੇ ਹੋ ਰਹੇ ਨੇ ਇਹਨਾਂ ਤੋਂ ਛੁਟਕਾਰਾ ਦੇਣੀ। ਸਾਡੇ ਦੇਖੋ ਜੀ, ਮੱਲੇਦਾਰ ਸਾਰਾ ਖੜਾ, ਠੀਕ ਹੈ ਜੀ। ਇੱਥੇ 3 ਬਲਾਸਟ ਹੋਏ ਨੇ ਜੀ, ਅਸੀਂ ਇਹਨਾਂ ਨੂੰ ਕੁਛ ਨਹੀਂ ਕਿਹਾ ਸੀ, ਪਹਿਲਾਂ ਤਾਂ ਇਹਨਾਂ ਨੂੰ ਕਿਹਾ ਵੀ ਦਰਵਾਜ਼ਾ ਖੋਲੋ, ਜੋ ਬਾਹਰ ਪਰਿਵਾਰ ਖੜਾ ਉਹਨਾਂ ਨੂੰ ਮਿਲਾਓ, ਹੈ ਨਾ। ਅਟੈਂਡੈਂਸ ਇਹਨਾਂ ਦੇ ਗੇਟ 'ਤੇ ਲੱਗਦੀ ਆ, ਇਹ ਨਹੀਂ ਪਤਾ ਕੱਚੀ ਆ ਕਿ ਪੱਕੀ ਆ ਜੀ। ਜੋ ਅਟੈਂਡੈਂਸ ਲੱਗਦੀ ਹੈ, 4-5 ਬੰਦੇ ਲੈ ਕੇ ਗਏ ਨੇ ਗੱਡੀਆਂ 'ਚ ਪਾ ਕੇ, ਬਾਕੀ ਬੰਦੇ ਇਹ ਮਿਲਾ ਨਹੀਂ ਰਹੇ, ਹਾਲੇ ਤੱਕ ਨਹੀਂ ਇਹਨਾਂ ਨੇ ਮਿਲਾਏ ਜੀ। ਪੁਲਿਸ ਪ੍ਰਸ਼ਾਸਨ ਆਇਆ, ਉਹ ਕਹਿੰਦੇ ਕੋਈ ਗੱਲ ਨਹੀਂ, ਤੁਹਾਡੇ ਨਾਲ ਬਹਿ ਕੇ ਗੱਲ ਕਰਾਂਗੇ, ਅਸੀਂ ਮਹੱਲੇ 'ਚ ਮਿਲੇ ਚੱਲਣ ਨਹੀਂ ਦੇਣੀ। ਸਾਡੇ ਮਿੱਲੇ 'ਚ ਮਿੱਲਾਂ ਹੋਰ ਵੀ ਬਹੁਤ ਨੇ, ਟੈਕਸਸ ਮਿੱਲ ਹੈਗੀ, ਇੱਧਰ ਕਿਸਕੋ ਹੈਗੀ, ਹੈਂਬਰ ਹੈਗੀ ਆ, ਅਸੀਂ ਇਹਨਾਂ ਨੂੰ ਨਹੀਂ ਰੌਲਾ ਪਾਉਂਦੇ। ਇਹਨੂੰ ਇਹ ਕਿਉਂ ਰੌਲਾ ਪਾਉਂਦੇ ਜੀ? ਇਹ ਆਪਣਾ ਗਲਤ ਚਲਾ ਰਹੇ ਨੇ ਜੀ ਇਹਨੂੰ। ਇਹਨਾਂ ਦਾ ਪ੍ਰਦੂਸ਼ਣ ਇੰਨਾ ਆਉਂਦਾ ਜੀ, ਅਸੀਂ ਇਹਨਾਂ ਨੂੰ ਕਹਿੰਦੇ ਬਲੋਰ ਚਲਾਓ ਤੁਸੀਂ, ਇਹ ਬਲੋਰ ਵੀ ਨਹੀਂ ਚਲਾਉਂਦੇ ਆਪਣਾ। ਕੀ ਹੁਣ ਤੁਸੀਂ ਦੱਸੋ ਵੀ ਕੀ ਕਰੀਏ ਜੀ ਅਸੀਂ, ਕੀ ਅਸੀਂ ਤਾਂ ਬਹੁਤ ਪਰੇਸ਼ਾਨ ਹੈ ਜੀ, ਮਿੱਲ ਤੋਂ ਇਹ ਮਿੱਲ ਬੰਦ ਹੋਣੀ ਚਾਹੀਦੀ ਹੈ, ਬਸ ਸਾਡਾ ਤਾਂ ਇਹੀ ਹੈ ਜੀ। ਅਤੇ ਬਾਕੀ ਜਿਹੜੇ ਬੰਦੇ ਨੇ, ਸਾਨੂੰ ਬੰਦੇ ਦਾ ਦਿਖਾਓ ਇੱਕ ਵਾਰ, ਇਹਦਾ ਬੰਦੇ ਵੀ ਨਹੀਂ ਦਿਖਾਉਂਦੇ ਹੈਗੇ ਜੀ। 4-5 ਬੰਦੇ ਹਸਪਤਾਲ 'ਚ ਲੈ ਕੇ ਗਏ ਨੇ, ਬਾਕੀ ਦਾ ਬੰਦੇ ਹੀ ਨਹੀਂ ਮਿਲਾ ਰਹੇ। ਅਟੈਂਡੈਂਸ ਚੈੱਕ ਕਰਾਓ ਤੁਸੀਂ, ਅਟੈਂਡੈਂਸ ਚੈੱਕ ਕਰਾਓ ਇਹਨਾਂ ਦੀ। ਭੱਠੀ ਦੇ ਘੱਟੋ ਘੱਟ ਜੀ 15 ਜਣੇ ਕੰਮ ਕਰਦੇ ਨੇ, 15 'ਚੋਂ 4-5 ਗਏ ਨੇ, ਬਾਕੀ ਬੰਦੇ ਕਿੱਥੇ ਨਹੀਂ, ਬਾਕੀ ਗਏ ਹੋਏ ਹੋਏ ਨਹੀਂ। ਤੁਸੀਂ ਭੱਠੀ 'ਤੇ ਚਲੋ ਇੱਕ ਵਾਰ ਗੇੜਾ ਮਾਰੋ, ਸਾਡੇ ਨਾਲ ਭੱਠੀ ਦਾ ਹਾਲ ਦੇਖੋ, ਜਾ ਕੇ ਕੀ ਹੋਏਗਾ ਜੀ, ਜਾ ਕੇ ਦੇਖੋ ਜੀ। ਜੀ 112 'ਤੇ ਕੰਪਲੇਂਟ ਆਈ ਸੀ,
ਜਿਸ 'ਤੇ ਬਲਾਸਟ ਦੀ ਕੰਪਲੇਂਟ ਰਿਪੋਰਟਿਡ ਸੀਗੀ। ਉਹਦੇ ਬਾਅਦ SSP ਸਾਹਿਬ ਦੇ ਡਾਇਰੈਕਸ਼ਨ ਸੀਗੇ, ਇਮੀਡੀਏਟਲੀ SHO ਔਰ DSP ਸਾਹਿਬ ਮੌਕੇ 'ਚ ਆਏ, ਆ ਕੇ ਜਿਹੜੀ ਫਸਟ ਪ੍ਰਾਇਰਟੀ ਸੀਗੀ ਉਹ ਜਿਹੜੇ ਇੰਜਰਡ ਹੈ ਉਹਨਾਂ ਨੂੰ ਮੈਡੀਕਲ ਏਡ ਦੇਣਾ ਔਰ ਇੱਥੇ ਅੱਗ 'ਚ ਕਾਬੂ ਪਾਉਣਾ, ਉਸ ਕਰਕੇ ਫਾਇਰ ਬ੍ਰਿਗੇਡ ਔਰ ਬਾਕੀ ਜਿਹੜੀ ਬਣਤੀ ਕਾਰਵਾਈ ਕਰਾ ਲਈ ਹੈ। ਕਿੰਨੇ ਕੁ ਮਜ਼ਦੂਰ ਜਿਹੜੇ ਲੱਗੇ ਜ਼ਖਮੀ? ਹੁਣ ਤੱਕ ਆਪਣੇ ਕੋਲ ਜਿਹੜੇ ਰਿਪੋਰਟਡ ਹੈ ਉਹ 6 ਦੀ ਹੈ। ਸਰ, ਜਾਨੀ ਨੁਕਸਾਨ ਤਾਂ ਨਹੀਂ? ਹੁਣ ਤੱਕ ਕੁਛ ਨਹੀਂ ਹੈ ਜੀ, ਬਾਕੀ ਆਪਾਂ ਉੱਥੇ ਅਸਿਸਟੈਂਸ ਜਿਹੜੀ ਵੀ ਮੈਡੀਕਲ ਅਸਿਸਟੈਂਸ ਚਾਹੀਦੀ ਹੈ ਉਹ ਆਪਾਂ ਇੰਸ਼ੋਰ ਕਰਾ ਦਿੰਦੇ।